ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨੇ ਚਲਾਇਆ ਅਤੇ ਮੈਂ ਪੰਡੋਰੀ ਨਿਚਰਾਂ ਦਾ ਜੱਟ ਹੈਗਾ। ਅਤੇ ਜਿੰਨਾ ਚਿਰ ਤੁਸੀਂ ਆਪਣੇ ਕੱਚੇ ਪਿਓ ਦੇ ਨਹੀਂ ਬਣਦੇ, ਪੱਕੇ ਦੀ ਨਹੀਂ ਸੁਰਤ ਆਉਂਦੀ। ਇਹਨੂੰ ਕਹੀਦਾ ਬ੍ਰਹਮ ਕਾ ਬੇਟਾ। ਜਿਹੜੇ ਆਪਣੇ ਜਾਤ ਨਹੀਂ ਜਾਣਦੇ ਉਹ ਸ਼ੈਤਾਨ ਦੇ ਪੁੱਤਰ ਹੈਗੇ ਨੇ, ਉਹਨਾਂ ਨੂੰ ਹੀ ਬਾਣੀ ਸਮਝ ਆਉਂਦੀ। ਜਿਹਨੂੰ ਆਪਣੇ ਪਿਓ ਦੀ ਨਹੀਂ ਸੁਰਤ, ਉਹਨੂੰ ਅਕਾਲ ਪੁਰਖ ਦੀ ਕੀ ਸੁਰਤ ਹੋਣੀ। ਇੱਥੇ ਮੈਂ ਕਰ ਰਿਹਾ ਸਤਿਗੁਰੂ ਅਮਰਦੇਵ ਜੀ ਦੇ ਸਲੋਕ, ਪੰਨਾ ਹੈਗਾ 586, ਪੌੜੀ। ਸੋ ਸਤਿਗੁਰੂ ਸੇਵੀਏ ਸਾਧ ਜਨ ਜਿਨ ਹਰ ਹਰ ਨਾਮ ਦੜਾਇਆ। ਜੇ ਸਤਿਗੁਰੂ ਦੀ ਸੇਵਾ ਕਰਨੀ ਹੈਗੀ ਤਾਂ ਫਿਰ ਸਾਧਾਂ ਦੀ ਤੁਸੀਂ ਸੰਗਤ ਭਾਲੋ ਸੱਚੇ ਦੀ। ਸਾਧ ਜਿਹੜੇ ਹੁੰਦੇ ਨੇ ਮਾਇਆ ਤੋਂ ਰਹਿਤ ਹੁੰਦੇ ਨੇ, ਜਦੋਂ ਮਾਇਆ ਤੋਂ ਰਹਿਤ ਹੁੰਦੇ ਉਹ ਸੱਚ ਬੋਲਦੇ ਨੇ, ਉਹ ਕੂੜ ਦੇ ਲਾਗੇ ਨਹੀਂ ਜਾਂਦੇ। ਜਿਹੜਾ ਮਾਇਆ ਮਨਮੁੱਖ ਹੁੰਦਾ ਹੈਗਾ ਉਹ ਕੂੜ ਬੋਲਦਾ ਹੈਗਾ, ਉਹ ਸੱਚ ਦੇ ਨਹੀਂ ਲਾਗੇ ਜਾਂਦਾ। ਅਤੇ ਇਸ ਕਰਕੇ ਜੇ ਤੁਸੀਂ ਗੁਰਮੁਖ ਹੈਗੇ ਆ ਅਤੇ ਸੱਚ ਦੀ ਭਾਲ ਹੈਗੀ ਤੁਹਾਨੂੰ, ਫਿਰ ਸਾਧਾਂ ਕੋਲ ਤੁਹਾਨੂੰ ਨਾਮ ਮਿਲੇਗਾ ਕਿ ਉਹਨਾਂ ਨੇ ਇਹ ਦੁਨੀਆ ਛੱਡੀ। ਉਹ ਸਾਧ ਜਿਹੜਾ ਪੈਸੇ ਨੂੰ ਹੱਥ ਲਾਉਂਦਾ ਜਾਂ ਪੈਸਾ ਬੁੱਝ 'ਚ ਪਾਉਂਦਾ ਹੈਗਾ, ਉਹ ਸਾਧ ਨਹੀਂ, ਇੱਕ ਸਾਧ ਹੈਗਾ, ਉਹਦੇ ਤੋਂ ਬਚ ਕੇ ਰਹੋ। ਸਾਧੂ ਕੋਲ ਪੈਸਾ ਨਹੀਂ ਹੁੰਦਾ ਬਿਲਕੁਲ ਵੀ। ਸਹਿ ਸਤਿਗੁਰ ਸੇਵੀਏ, ਉਹ ਸਤਿਗੁਰੂ ਸੇਵੀਏ ਸਾਧ ਜਨ ਜਿਨ ਹਰ ਹਰ ਨਾਮ ਜੜਾਇਆ। ਉਹਨਾਂ ਦੀ ਸੰਗਤ ਵਿੱਚ ਸਾਧਾਂ ਦੀ, ਉਹ ਹਰ ਹਰ ਦਾ ਨਾਮ ਜੜਾਉਂਦੇ ਨੇ, ਉਹ ਤੁਹਾਨੂੰ ਦੱਸਦੇ ਨੇ ਵੀ ਆ ਇੱਦਾਂ ਹੈਗਾ। ਸਹਿ ਸਤਿਗੁਰ ਪੂਜੇ ਪੂਜੀਏ ਦਿਨ ਸਰਾਤ। ਉਹ ਸਤਿਗੁਰੇ, ਉਹ ਸਤਿਗੁਰੂ ਜਿਹੜਾ ਹੈਗਾ, ਉਹ ਜਿਹੜਾ ਤੁਹਾਨੂੰ ਨਾਮ ਦੱਸਦਾ ਹੈਗਾ, ਉਹਨੂੰ ਤੁਸੀਂ ਪੂਜੋ, ਉਹਦੀ ਸੇਵਾ ਕਰੋ। ਸਤਿਗੁਰ ਪੂਜੇ ਦਿਨ ਸਰਾਤ, ਉਹਦੇ ਤੁਸੀਂ ਖਿਆਲਾਤ ਜਿਹੜੇ ਨੇ ਉਹਦੇ ਸੁਣੋ ਅਤੇ ਉਹਦੇ 'ਤੇ ਵਿਚਾਰ ਕਰੋ। ਜਿੱਦਾਂ ਭਗਤ ਕਬੀਰ ਜੀ ਸੀਗੇ ਸਤਿਗੁਰੂ, ਉਹਨਾਂ ਦੇ ਜਿਹੜੇ ਸੀਗੇ ਨਾ ਨਾਲ ਸਾਥੀ, ਉਹ ਭਗਤ ਕਬੀਰ ਜੀ ਦੀ ਸੁਣਦੇ ਸਨ ਅਤੇ ਫਿਰ ਉਹਦੇ 'ਤੇ ਵਿਚਾਰ ਕਰਕੇ ਤਾਂ ਫਿਰ ਉਹ ਉਹਨਾਂ ਨੂੰ ਸਤਿਕਾਰ ਕਰਦੇ ਸਨ। ਉਹਨਾਂ ਦਾ ਸਤਿਕਾਰ ਕਰਨਾ ਪੂਜਣਾ ਹੈਗਾ। ਪੂਜੋ ਦਿਨ ਰਾਤ ਜਿੰਨੀ ਜਗਨਨਾਥ ਜਗਦੀਸ਼ ਜਪਾਇਆ। ਜਿਹਨਾਂ ਜਗਨਨਾਥ ਜਗਦੀਸ਼ ਜਿਹੜਾ ਜਗ ਦੇ ਦਰਸ਼ਨ ਜਿਹਨਾਂ ਦਾ, ਅਤੇ ਜਗਨਨਾਥ ਜਿਹੜਾ ਜਗ ਦਾ, ਇਸ ਜਗ ਦਾ ਜਿਹੜਾ ਨਾਥ ਹੈਗਾ, ਯਾਨੀ ਕਿ ਵੱਡਾ ਵਡੇਰਾ ਹੈਗਾ, ਉਹਦੇ ਇੱਕ ਮਾਸਟਰ ਹੈਗਾ, ਕਬ ਵੀ ਹੈਗਾ। ਸਹਿ ਸਤਿਗੁਰੂ ਇਹ ਦੇਖੀਏ ਇੱਕ ਨਿਮਕ, ਉਹ ਆਦਮੀ ਉਹ ਸਤਿਗੁਰੇ ਦੇਖੀਏ, ਯਾਨੀ ਕਿ ਜਿੱਦਾਂ ਸਤਿਗੁਰੇ ਨਾਨਕ ਹੈਗੇ ਸੀਗੇ, ਅਮਰਦੇਵ ਜੀ ਸੀਗੇ, ਉਹਨਾਂ ਨੂੰ ਦੇਖੀਏ ਇੱਕ ਨਿਮਕ। ਇੱਕ ਨਿਮਕ ਥੋੜ੍ਹਾ ਜਿਹਾ ਚਿਰ, ਨਿਮਕ ਨਿਮਕ ਜਿਨ ਹਰ ਪੰਥ ਬਤਾਇਆ। ਜਿਨ੍ਹਾਂ ਨੇ ਹਰ ਕਾ ਅਕਾਲ ਪੁਰਖ ਦਾ ਪੰਥ ਬਤਾਇਆ, ਪੰਥ ਹੁੰਦਾ ਰਸਤਾ ਜਾਂ ਉਹਦਾ ਵੇ ਆਫ ਲਾਈਫ, ਅਤੇ ਉਹਨਾਂ ਨੇ ਉਹਦਾ ਪੰਥ ਬਤਾਇਆ ਅਕਾਲ ਪੁਰਖ ਦਾ, ਹਰ ਦਾ। ਇਹ ਹਰਿਮੰਦਰ ਹੈ ਨਾ, ਹਰਿਮੰਦਰ ਦੇ ਅੰਦਰ ਸਤਿਗੁਰੂ ਹੈਗਾ। ਇਸ ਕਾ ਸਤਿਗੁਰ ਨੇ ਸਤਿਗੁਰੇ ਦੀ ਗੱਲ ਸਮਝਣੀ ਹੈਗੀ ਜੇ ਅੰਦਰ ਸਤਿਗੁਰੂ ਹੈਗਾ। ਜੇ ਅੰਦਰ ਸਤਿਗੁਰੂ ਨਹੀਂ ਹੈਗਾ ਤੁਹਾਡੇ, ਤੁਸੀਂ ਨਹੀਂ ਸਮਝ ਸਕਦੇ। ਅਤੇ ਇਹ ਪਹਿਲਾਂ ਸਤਿਗੁਰੂ ਤੁਹਾਨੂੰ ਮਿਲਦਾ ਹੈਗਾ ਅਕਾਲ ਪੁਰਖ ਦੀ ਕਿਰਪਾ ਨਾਲ, ਫਿਰ ਤੁਸੀਂ ਉਹਨੂੰ ਵਰਤੋ, ਯਾਨੀ ਮੂੰਹ ਤੋਂ ਬਾਣੀ ਬੋਲੋ, ਸੁਣੋ ਅਤੇ ਉਹਦਾ ਵਿਚਾਰ ਕਰਕੇ ਉਹਨਾਂ ਨੂੰ ਦੱਸੋ ਲੋਕਾਂ ਨੂੰ ਆਹ ਮਤਲਬ ਇਸ ਬਾਣੀ ਤੁੱਕ ਦਾ, ਆਹ ਮਤਲਬ ਇਸ ਤੁੱਕ ਦਾ ਹੈਗਾ। ਤਦ ਹੈਗਾ ਤਿਸ ਸਤਿਗੁਰੂ ਕੀ ਸਤ ਪਗੀ, ਨਮਕ ਨਮਕ ਹਰ ਕਾ ਹਰ ਪੰਥ ਬਤਾਇਆ। ਤਿਸ ਸਤਿਗੁਰੇ ਕੀ ਸਭ ਪਗੀ, ਉਸ ਦੀ ਸਾਰੀ ਆ ਜਿਹੜੀ ਸੱਜਾ, ਉਸ ਸਤਿਗੁਰੂ ਜੇ ਤੁਹਾਨੂੰ ਦੱਸਿਆ ਨਾ ਸੱਤ ਦਾ ਮਾਰਗ ਦਿਖਾਇਆ ਨਾ, ਸਭ ਪਗੀ ਉਹਦੀ ਇੱਜ਼ਤ ਕਰੋ। ਪਵੋ ਜਿਨ ਮੋਹ ਅੰਧੇਰਾ ਚੁਕਾਇਆ। ਜਿਹੜਾ ਗੁਰਮੁਖ ਹੁੰਦਾ ਨਾ ਉਹਨੂੰ ਮੋਹ ਮਾਰਦਾ ਹੈਗਾ। ਇਹ ਹੈਗਾ ਨਾ ਜਿਹੜਾ
ਜਿਹੜਾ ਹੈਗਾ ਨਾ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈਗੇ ਨਾ, ਤੇ ਇਹ ਹੈਗਾ ਜਿਹੜੇ ਦੁਨੀਆ ਦੇ ਲੋਕ ਹੈਗੇ ਨੇ ਇਹ ਕੰਮ ਹੀ ਹੁੰਦੇ ਨੇ ਫੇਰ ਹੀ, ਜੇ ਜਿਸਮ ਚੰਗਾ ਹੋਵੇ ਤਾਂ ਬਦਮਾਸ਼ੀਆਂ ਕਰਦਾ ਆਦਮੀ ਤੇ ਫਿਰ ਇਹ ਕੰਮ ਹੀ ਬਣ ਜਾਂਦਾ, ਕਾਮ ਇੱਥੇ ਹੈਗਾ। ਕ੍ਰੋਧ ਦਾ ਜਿਹੜਾ ਹੁੰਦਾ ਮੂਰਖ ਹੁੰਦਾ ਨਾ, ਉਹਨੂੰ ਸਮਝ ਤਾਂ ਆਉਂਦੀ ਨਹੀਂ ਕਿ ਜਿੱਦਾਂ ਸਤਿਗੁਰੂ ਅੰਗਦ ਦੇਵ ਜੀ ਸੀਗੇ ਉਹ ਲੋਕੀ ਤਪੇ ਦੇ ਮਗਰ ਲੱਗੇ ਸੀ ਮੀਂਹ ਵੀ ਮਰਾਏਗਾ, ਸਤਿਗੁਰੂ ਅੰਗਦ ਦੇਵ ਜੀ ਕਹਿੰਦੇ ਨਹੀਂ ਮੀਂਹ ਅਕਾਲ ਪੁਰਖ ਤੋਂ ਮਿਲੇਗਾ। ਜਿਹੜੇ ਮੂਰਖ ਸੀ ਪਿੰਡ 'ਚ ਨਾ ਉਹ ਕਹਿੰਦੇ ਇਹ ਤਪੇ ਨੇ ਕਿਹਾ ਇਹਨੂੰ ਕੱਢ ਦਿਓ ਸਤਿਗੁਰੂ ਅੰਗਦ ਦੇਵ ਜੀ ਨੂੰ ਪਿੰਡੋ, ਫਿਰ ਮੈਂ ਮੀਂਹ ਭਰਾ ਦਿੰਦਾ। ਉਹਨਾਂ ਨੇ ਉਹਦੇ ਆਖੇ ਲੱਗ ਕੇ ਅਤੇ ਸਤਿਗੁਰੂ ਅੰਗਦ ਦੇਵ ਜੀ ਨੂੰ ਪਿੰਡੋ ਕੱਢ ਦਿੱਤਾ ਵੀ ਜਾਓ ਜੀ ਤੁਸੀਂ ਹੋਰ ਕਿਤੇ ਰੱਖੋ। ਉਹ ਪਿੰਡ ਛੱਡ ਕੇ ਚਲੇ ਗਿਆ, ਫਿਰ ਵੀ ਨਹੀਂ ਮੀਂਹ ਭਰਿਆ। ਫਿਰ ਜਦੋਂ ਨਹੀਂ ਭਰਿਆ ਤਾਂ ਉਹਦੇ ਉਹ ਤਪਾ ਆਪਣੀ ਜ਼ੋਰ ਲਾ ਹਟਿਆ ਤਾਂ ਨਹੀਂ ਉਹਦਾ ਕੁਛ ਹੋਇਆ। ਫਿਰ ਉਹ ਜਿਹੜੇ ਸਿਆਣੇ ਸੀ ਪਿੰਡ ਦੇ ਉਹਨਾਂ ਨੇ ਉਹਨਾਂ ਮੂਰਖਾਂ ਨੂੰ ਰੱਖ ਲਾਨਤ ਪਾਈ, ਤੁਸੀਂ ਉਹਨਾਂ ਨੂੰ ਲੈ ਕੇ ਆਓ ਵਾਪਸ, ਤਦ ਮੀਂਹ ਪੈਗਾ। ਫਿਰ ਉਹਨਾਂ ਨੇ ਆਪਣੀ ਹੋਮੇ ਜਿਹੜੀ ਸੀ ਉਹ ਭੰਨੀ, ਤਪੇ ਵੱਲੋਂ ਮੂੰਹ ਚੱਕ ਕੇ ਤਾਂ ਫਿਰ ਅਕਾਲ ਪੁਰਖ ਨੂੰ ਮੂੰਹ ਕੀਤਾ ਉਹਨਾਂ ਨੇ। ਇਸ ਕਰਕੇ ਇਹਨਾਂ ਨੂੰ ਕਹਿੰਦੇ ਨੇ ਸਿੱਖੀ ਦਾ ਤੁਰਾ। ਭਲਵਾਨੀ ਕਰਾਉਂਦੇ ਸੀ, ਉਹ ਭਲਵਾਨ ਕਿਸੇ 'ਤੇ ਕੌੜਾ ਬਚਨ ਨਹੀਂ ਸੀ ਬੋਲਦੇ, ਨਾ ਕਿਸੇ ਨੂੰ ਮਾਰਦੇ ਸੀ। ਉਹਨਾਂ ਦੇ ਘੜੇ ਬੱਟੇ ਮਾਰ ਕੇ ਭੰਨ ਦਿੰਦੇ ਸੀਗੇ, ਉਹ ਕੁਛ ਕੁਛ ਨਹੀਂ ਸੀ ਕਹਿੰਦੇ। ਅਤੇ ਸਤਿਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਤਾਂ ਉਹ ਕਹਿੰਦੇ ਪਿੱਤਲਾਂ ਦੀਆਂ ਗਾਗਰਾਂ ਲੈ ਲਓ, ਹੁਣ ਉਹ ਪਿੱਤਲਾਂ ਦੀਆਂ ਗਾਗਰਾਂ ਵੀ ਸ਼ੁਰੂ ਕਰ ਲਈਆਂ। ਅਤੇ ਇਹ ਜਿਹੜਾ ਸੀ ਨਾ ਇਹਨਾਂ ਨੇ ਫਿਰ ਕ੍ਰੋਧ ਭੰਨਿਆ, ਇਹਨਾਂ ਨੇ ਫਿਰ ਲੋਭ ਭੰਨਿਆ ਅਮਰਸ ਦੇਵ ਜੀ ਨੇ। ਸਤਿਗੁਰੂ ਰਾਮਦਾਸ ਜੀ ਨੇ ਮੋਹ ਭੰਨਿਆ ਦੁਨੀਆ ਦਾ। ਮੋਹ 'ਚ ਹੁੰਦਾ ਜਦੋਂ ਪੰਚਾਇਤੀਏ ਹੁੰਦੇ ਨਾ, ਵੱਡੇ ਬਜ਼ੁਰਗ ਹੁੰਦੇ ਨਾ ਇਸ ਪੋਲੀਟੀਕਲ ਅਫੇਅਰ, ਉਦੋਂ ਕਿਹੜੇ ਆਪਣੀ ਧੜੀ ਦੇ ਕਰ ਜਾਂਦੇ ਨੇ ਵੀ ਆਹ ਮੇਰੀ ਧੜੀ ਹੈਗੀ ਇਹਨਾਂ ਦੇ ਉਹਦੇ ਵੱਲ ਦੀ ਕਰ ਜਾਂਦੇ ਨੇ, ਯਾਨੀ ਕਿ ਜਿਹੜਾ ਇਨਸਾਫ਼ ਨਹੀਂ ਕਰਦੇ। ਮੋਹ ਜਿਹੜਾ ਹੁੰਦਾ ਇਹ ਫਿਰ ਭੰਨਿਆ, ਜੇ ਤੁਸੀਂ ਮੋਹ ਭੰਨਿਆ ਤਦ ਹੀ ਤੁਸੀਂ ਅਕਾਲ ਪੁਰਖ ਦੇ ਬੁਲਾਰੇ ਬਣਦੇ ਆ, ਯਾਨੀ ਆਪਣਾ ਘਰ ਬਾਰ ਛੱਡ ਦਿੰਦੇ ਆ ਅਤੇ ਪਿੰਡਾਂ 'ਚ ਚੱਕਰ ਮਾਰਦੇ ਫਿਰਦੇ ਆ ਅਤੇ ਬਾਣੀ ਦੀ ਵਿਆਖਿਆ ਕਰ ਕਰਕੇ ਲੋਕਾਂ ਨੂੰ ਦੱਸਦੇ ਆ। ਉਹਨਾਂ ਨੂੰ ਕਹਿੰਦੇ ਨਿਰਮਲੇ ਸੰਤ, ਤਦੇ ਬਣੋਗੇ ਜੇ ਮੋਹ ਛੱਡੋਗੇ ਆਪਣੇ ਘਰ ਦਾ, ਦੁਨੀਆ ਦਾ ਮੋਹ ਛੱਡੋਗੇ ਤਾਂ ਇੱਕ ਗਰੀਬ ਬਣ ਕੇ ਤੁਸੀਂ ਸਾਰੇ ਦੁਨੀਆ ਨੂੰ ਪ੍ਰਚਾਰ ਕਰੋਗੇ। ਇੱਥੇ ਹੰਕਾਰ ਹੁੰਦਾ ਹੈਗਾ, ਕਿਤਾਬੀ ਕੀੜੇ ਜਿਹੜੇ ਕਿਤਾਬਾਂ ਬੰਬ ਰੂਮ ਸੀਗੇ, ਹੰਕਾਰੇ ਸੀਗੇ ਕਿ ਉਹਨਾਂ ਨੇ ਕਿਤਾਬਾਂ ਦਾ ਨੌਲੇਜ ਸੀਗਾ ਉਹਨਾਂ ਕੋਲ, ਵੇਦ ਮਰਿਆਦਾ ਵੇਦਾਂ ਦਾ, ਪਰ ਵੇਦ ਸੀਗੇ ਉਹਨਾਂ ਦੀ ਜਿਹੜੀ ਸਮਝਣ ਵਾਲੀ ਹੁੰਦੀ ਚੀਜ਼, ਵੇਦ ਬਗੈਰ ਸੁਰਤੀ ਦੇ ਸਮਝ ਨਹੀਂ ਆਉਂਦੇ। ਅਤੇ ਸੁਰਤੀ ਅਕਾਲ ਪੁਰਖ ਦੀ ਜਿਹੜੀ ਹੈਗੀ ਉਹ ਹੈਗਾ ਨਾਮ ਲੋਗੋ, ਜੇ ਲੋਗੋ ਨਹੀਂ ਸਮਝ ਆਉਂਦਾ ਤਾਂ ਉਦੋਂ ਫਿਰ ਵੇਦ ਦਾ ਵੇਦਾਂ ਦਾ ਕੁਛ ਨਹੀਂ ਪਤਾ ਲੱਗਦਾ ਆਦਮੀ ਨੂੰ। ਇਹਨੂੰ ਕਹਿੰਦੇ ਓਰਲ ਟੋਰਾ, ਇਹਨਾਂ ਦੇ ਹੈਗਾ ਜੂਹਾਂ 'ਚ ਹੈਗਾ ਰਿਟਨ ਟੋਰਾ, ਓਰਲ ਟੋਰਾ। ਰਿਟਨ ਟੋਰਾ ਜਿਹੜੀ ਸਕ੍ਰਿਪਚਰ ਹੈਗੀ, ਓਰਲ ਟੋਰਾ ਹੈਗਾ ਜਿਹੜਾ ਮੂੰਹ ਜ਼ਬਾਨੀ ਦੱਸਿਆ ਜਾਂਦਾ ਹੈਗਾ, ਸਮਝਾਇਆ ਜਾਂਦਾ। ਜੇ ਤੁਹਾਡੇ 'ਤੇ ਕਿਰਪਾ ਹੋਊਗੀ ਅਕਾਲ ਪੁਰਖ ਦੀ, ਜੇ ਤੁਸੀਂ ਮਾਇਆ ਦੇ ਨਹੀਂ ਫਸੇ ਹੋਏ ਤਾਂ ਤਦ ਤੁਹਾਨੂੰ ਮਿਲੇਗਾ। ਅਤੇ ਇਹ ਹੈਗੀ ਇਹਦੀ, ਯਾਨੀ ਕਿ ਜਿਹੜਾ ਮੋਹ ਜਿਹੜਾ ਹੈਗਾ ਉਹ ਫਿਰ ਉਹਨਾਂ ਨੇ ਇਹਦੇ ਨਾਲ ਟੁੱਟਦਾ ਹੈਗਾ ਅਤੇ ਫਿਰ ਆਦਮੀ ਉਹਦਾ ਬਣ ਜਾਂਦਾ ਢੰਡੋਰਚੀ, ਅੰਧੇਰਾ ਚੁਕਾਇਆ ਜਿਹਦਾ ਮਾਈ ਮੀਰਾਂ ਪਾਈ ਸੀਗੀ, ਘਰ ਬਾਰ ਛੱਡ ਕੇ ਤਾਂ ਆਪਣਾ ਉਹ ਪ੍ਰਚਾਰ ਕਰਦੀ ਫਿਰਦੀ ਸੀਗੀ, ਉਹਨੂੰ ਮੋਹ ਨਹੀਂ ਸੀਗਾ ਦੁਨੀਆ ਦਾ, ਯਾਨੀ ਕਿ ਆਪਣੇ ਘਰ ਰਾਜੇ ਦੀ ਸੀਗੀ ਕੁੜੀ ਤਾਂ ਛੱਡ ਕੇ ਤਾਂ ਆਪਣਾ ਉਹ ਲੋਕਾਂ 'ਚ ਉਹਨਾਂ ਦੀ ਸੇਵਾ ਕਰਦੀ ਸੀ, ਭਜਨ ਗਾਉਂਦੀ ਸੀਗੀ। ਭਵੇ ਜਿਨ ਮੋਹ ਅੰਧੇਰਾ ਚੁਕਾਇਆ, ਸਹਿ ਸਤਿਗੁਰੇ ਕਹੀਏ ਸਭ ਧਨ ਧਨ, ਉਹ ਸਤਿਗੁਰੂ ਜਿਹਦੇ ਤੋਂ ਤੁਹਾਨੂੰ ਸਿਕਸ਼ਾ ਮਿਲਦੀ ਹੈਗੀ, ਉਹ ਜਿਹੜਾ ਸਿਕਸ਼ਾ ਦੇਣ ਵਾਲਾ ਉਹ ਸਤਿਗੁਰੇ ਹੈਗਾ। ਜਿੱਦਾਂ ਸਤਿਗੁਰੇ ਨਾਨਕ ਦੇਵ ਜੀ, ਅਮਰਦੇਵ ਜੀ ਹੈਗੇ ਨੇ, ਇਹਨਾਂ ਦੀ ਵਾਹ ਵਾਹ ਕਰੀਏ। ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ, ਜਿਹਨੇ ਜਿਹੜੇ ਨਾ ਆਪਣੇ ਭਗਤ ਭੰਡਾਰ ਜਿਹੜਾ ਖਜ਼ਾਨਾ ਉਹਨੇ ਮੈਨੂੰ ਲੱਭ ਕੇ ਦਿੱਤਾ, ਉਹਨੇ ਮੈਨੂੰ ਦਿੱਤਾ ਲੱਭ ਕੇ ਦਿੱਤਾ, ਉਹਨੇ ਮੈਨੂੰ ਲਭਾਇਆ ਲਹਾਇਆ ਲੈ ਲਿਆ ਵੀ ਲਹਿਣਾ ਨਾ ਲਹਿਣੇ ਤੋਂ ਲਹਿਣਾ ਹੁੰਦਾ, ਜਿਹਨੇ
ਵੀ ਆਇਆ ਆਪਣੇ ਕਰਜ਼ਾ ਲੈਣ ਅਤੇ ਲਹਾਇਆ, ਯਾਨੀ ਕਿ ਇਹ ਜਿਹੜਾ ਸਾਡਾ ਕਰਜ਼ਾ ਹੈਗਾ ਜਿਹੜਾ ਉਹ ਜੇ ਕੋਈ ਲੈਣ ਆਵੇ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਵੀ ਲੈ ਲਵੇ। ਅਤੇ ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਬੜੀ ਖੁਸ਼ੀ ਸੀ ਜਦੋਂ ਲਹਿਣਾ ਘਰ ਆਇਆ ਕਿ ਆਪਣੇ ਕਰਜ਼ਾ ਲੈਣ ਆਇਆ ਵੀ, ਅਤੇ ਉਹਨਾਂ ਨੇ ਬੜੀ ਖੁਸ਼ੀ ਨਾਲ ਉਹਨੂੰ ਦਿੱਤਾ। ਅਤੇ ਉਹ ਹੈਗਾ ਇਹ ਸਤਿਗੁਰੂ ਨਾਨਕ ਦੇਵ ਜੀ ਨੇ ਸਤਿਗੁਰੇ ਕਹੀਏ ਸਭ ਧਨ ਧਨ, ਸਾਰੇ ਉਹਨੂੰ ਕਹਿੰਦੇ ਧਨ ਧਨ ਹੈਗਾ ਉਹ ਸਤਿਗੁਰੂ ਜਿਹਨੇ ਉਹ ਤੁਹਾਨੂੰ ਲੈਣਾ ਲਾਇਆ, ਯਾਨੀ ਉਹਨੇ ਭੰਡਾਰ ਦਿੱਤਾ। ਇਹ ਹੈਗੀ ਇਹਦੀ ਵਿਆਖਿਆ।